ਅੱਜ ਅਸੀਂ ਸਾਰੇ ਜਾਣੇ ਤਮਾਮ ਲੀਡਰ ਸਹਿਬਾਨ ਅੱਜ ਅਸੀਂ ਮਿਲਣ ਵਾਸਤੇ ਆਏ ਸੀ ਸਾਨੂੰ ਪਤਾ ਲੱਗਿਆ ਸੀ ਕਿ ਜਲਾਲਾਬਾਦ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਜਿਸਟਰਡ ਹੈ ਅਸੀਂ ਮੈਂ ਤੇ ਬਾਜਵਾ ਸਾਹਿਬ ਸਵੇਰ ਜਲਾਲਾਬਾਦ ਗਏ ਜਦੋਂ ਦੇਖਿਆ ਕਿ ਪੁਲਿਸ ਸਟੇਸ਼ਨ ਗਏ ਤੇ ਉਹਨਾਂ ਨੇ ਲੌਕ ਨਹੀਂ ਖੋਲਿਆ ਤਾਂ ਫੇਰ ਉਹਨਾਂ ਨੇ ਦੱਸਿਆ ਕਿ ਉਹ ਇੱਥੇ ਹੈ ਨਹੀਂ ਨਾ ਹੀ ਸਾਨੂੰ ਕਿਸੇ ਨੇ ਲੌਕ ਖੋਲਿਆ ਉਹ ਕਹਿੰਦੇ ਫਾਜ਼ਿਲਕਾ ਸੀਆਈਏ ਸਟਾਫ ਚ ਕਿਸੇ ਮੁਨਸ਼ੀ ਨੇ ਦੱਸਿਆ ਕਿ ਉੱਥੇ ਲੈ ਗਏ ਫਿਰ ਅਸੀਂ ਇੱਥੇ ਆਏ ਬਾਜਵਾ ਸਾਹਿਬ ਨੇ ਵੀ ਕੁਝ ਅਧਿਕਾਰੀਆਂ ਨਾਲ ਟੈਲੀਫੋਨ ਤੇ ਗੱਲ ਕੀਤੀ ਔਰ ਜਦੋਂ ਅਸੀਂ ਇੱਥੇ ਆਏ ਸਾਨੂੰ ਉਹਨਾਂ ਨੇ ਕਿਹਾ ਕਿ 5-6 ਬੰਦੇ ਤੁਸੀਂ ਜਿਹੜੇ ਲੋਕ ਆਏ ਰਿਪ੍ਰੈਜ਼ੈਂਟ ਕਰਦੇ ਹੋ ਉਹ ਅੰਦਰ ਆ ਜਾਓ ਅਸੀਂ ਅੰਦਰ ਚਲੇ ਗਏ ਅੰਦਰ ਜਾ ਕੇ ਸਾਨੂੰ ਕਹਿੰਦੇ ਵੀ ਪਾਣੀ ਪੀਓ ਫਿਰ ਕਹਿੰਦੇ ਵੀ ਚਾਹ ਮੰਗਾਉਣੀ ਹੈ ਜੇ ਕੋਈ ਹੈਗੀ ਹੈ ਤਾਂ ਅਸੀਂ ਆਖਿਆ ਚਾਹ ਦੀ ਤਾਂ ਸਾਨੂੰ ਲੋੜ ਨਹੀਂ ਸਾਨੂੰ ਖਹਿਰਾ ਸਾਹਿਬ ਨਾਲ ਮੁਲਾਕਾਤ ਕਰਾਓ ਇਨ ਬਿਟਵੀਨ ਕੀ ਹੋਇਆ ਵੀ ਸਾਨੂੰ ਦੱਸਿਆ ਗਿਆ ਕਿ SSP ਸਾਹਿਬ ਆ ਰਹੇ ਨੇ ਜੀ ਫਾਜ਼ਿਲਕਾ ਤੇ ਚਲੋ ਜੀ ਅਸੀਂ ਵੇਟ ਕਰਨ ਲੱਗ ਪਏ ਹੁਣ SSP ਸਾਹਿਬ ਆਏ ਤਾਂ ਉਹ ਕਹਿੰਦੇ ਜੀ ਚਾਹ ਪੀਓ ਅਸੀਂ ਆਖਿਆ ਸਾਨੂੰ ਮਿਲਾਓ ਚਾਹ ਦੀ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਸੂਬਾ ਦੇ ਉੱਥੋਂ ਦੇ ਚੱਲੇ ਆ 400 ਕਿਲੋਮੀਟਰ ਦੇ ਚੰਡੀਗੜ੍ਹ ਤੋਂ ਤੇ ਚਾਹ ਚੂ ਤਾਂ ਕੋਈ ਗੱਲ ਨਹੀਂ ਤੁਸੀਂ ਸਾਨੂੰ ਸਾਡੇ ਬੰਦੇ ਨੂੰ ਮਿਲਾਓ ਤੇ ਜਦੋਂ ਅਸੀਂ ਬੰਦੇ ਨੂੰ ਕਿਹਾ ਮਿਲਾਓ ਤਾਂ ਉਹ ਕਹਿੰਦੇ ਜੀ ਮੈਂ ਮਿਲਾ ਨਹੀਂ ਸਕਦਾ ਮੇਰੀ ਮਜਬੂਰੀ ਹੈ ਤੇ ਅਸੀਂ ਕਿਹਾ ਫਿਰ ਤੁਸੀਂ ਕਾਹਤੋਂ ਆਏ ਹੋ ਉਹ ਕਹਿੰਦੇ ਅਸੀਂ ਤਾਂ ਬਸ ਤੁਹਾਡਾ ਐਵੇਂ ਤੁਹਾਨੂੰ ਇੱਕ ਸਮਝਾਉਣ ਵਾਸਤੇ ਆਏ ਹਾਂ ਤੇ ਕਹਿਣ ਵਾਸਤੇ ਆਏ ਹਾਂ ਕਿ ਬਈ ਮੈਂ ਮਜਬੂਰ ਹਾਂ ਮੈਂ ਤੁਹਾਨੂੰ ਮਿਲਾ ਨਹੀਂ ਸਕਦਾ ਉਹਨਾਂ ਦੇ ਨਾਲ ਤੇ ਫੇਰ ਅਸੀਂ ਉੱਠ ਕੇ ਸਾਰੇ ਜਾਣੇ ਬਣੇ ਤਣੇ ਅਸੀਂ ਅੱਜ ਇੱਥੇ ਬਾਹਰ ਆ ਗਏ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹੋ ਜਿਹੇ ਹਾਲਾਤ ਕਦੇ ਨਹੀਂ ਵੇਖੇ ਪੰਜਾਬ ਦੇ ਅੰਦਰ ਬੜੇ ਰਾਜ ਵੇਖੇ ਬੜੇ ਨਜਾਇਜ਼ ਲੋਕਾਂ ਦੇ ਪਰਚੇ ਵੀ ਹੋਏ ਅਕਾਲੀ ਦਲ ਦਾ ਰਾਜ ਹੁੰਦਾ ਸੀ ਹਾਲਾਂਕਿ ਇਹ ਵੀ ਸੁਗਾਤ ਅਕਾਲੀ ਦਲ ਨਹੀਂ 2015 ਦੇ ਵਿੱਚ ਸ਼ੁਰੂਆਤ ਕੀਤੀ ਪਰ ਇਸ ਤਰ੍ਹਾਂ ਨਹੀਂ ਹੋਇਆ ਵੀ ਕਿਸੇ ਚੁਣੇ ਹੋਏ ਨੁਮਾਇੰਦੇ ਨੂੰ ਇੱਕ MLA ਲੈਵਲ ਦੇ ਵਿਅਕਤੀ ਨੂੰ ਤੀਜੀ ਵਾਰੀ MLA ਬਣਿਆ ਉਹਨੂੰ ਅਸੀਂ ਮਿਲਣ ਆਈਏ ਤਾਂ ਫੇਰ ਕੋਈ ਉਹਨੂੰ ਮਿਲਣ ਨਾ ਦੇਵੇ ਸੋ ਇਸ ਕਰਕੇ ਮੈਂ ਪੂਰ ਜ਼ੋਰ ਪੁਲਿਸ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਔਰ ਮੁੱਖ ਮੰਤਰੀ ਪੰਜਾਬ ਦੀ ਮੈਂ ਇਸ ਗੱਲ ਦੀ ਬਹੁਤ ਨਖੇਧੀ ਤੇ ਨਿੰਦਾ ਕਰਦਾ ਕਰੜੇ ਸ਼ਬਦਾਂ ਚ ਕਿ ਲੋਕਤੰਤਰ ਦੇ ਵਿੱਚ ਇਹ ਐਸੀ ਰੀਤੀ ਰਿਵਾਜ ਪਹਿਲੀ ਵਾਰੀ ਇਸ ਸਰਕਾਰ ਦੇ ਵਿੱਚ ਸਾਨੂੰ ਵੇਖਣ ਦੇ ਮਿਲੇ ਹੈ ਅਗਲੀ ਰਣਨੀਤੀ ਬਾਜਵਾ ਸਾਹਿਬ ਰੰਧਾਵਾ ਸਾਹਿਬ ਅਸੀਂ ਸਾਰੇ ਰਲ ਮਿਲ ਕੇ ਕਿ ਅੱਗੇ ਫਿਰ ਕੀ ਫੈਸਲਾ ਲੈਣਾ ਹੈ ਉਹਦੇ ਤੇ ਸਾਰੇ ਤੁਹਾਨੂੰ ਅਸੀਂ ਅਗਲੀ ਰਣਨੀਤੀ ਜਿਹੜੀ ਹੋਊਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਦੱਸ ਦਿਆਂਗੇ ਸਰ ਕਾਰਨ ਕੀ ਦੱਸਿਆ ਗਿਆ ਮੁਲਾਕਾਤ ਨਾਲ ਕਾਰਨ ਕੁਝ ਨਹੀਂ ਦੱਸਿਆ ਗਿਆ ਕੇਵਲ ਇਹ ਹੀ ਕਿਹਾ ਗਿਆ ਕਿ ਅਸੀਂ ਤੁਹਾਨੂੰ ਮਿਲਾ ਨਹੀਂ ਸਕਦੇ ਅਸੀਂ ਪੁੱਛਿਆ ਵੀ ਦੱਸ ਦਿਓ ਕਿਉਂ ਨਹੀਂ ਮਿਲਾ ਸਕਦੇ ਕਾਰਨ ਕੀ ਹੈ ਨਹੀਂ ਜੀ ਅਸੀਂ ਤੁਹਾਨੂੰ ਮਿਲਾ ਨਹੀਂ ਸਕਦੇ हमें नहीं पता भाई अलायंस वलायंस की कोई बात ही नहीं है आपको मैं ये कहूंगा कि अलायंस की बात कोई है ही नहीं है लेकिन दबाव क्यों बनाया जा रहा है ये जनता जानती है क्योंकि कांग्रेस ही एक ऐसी पार्टी रहेगी है पंजाब के अंदर जो लड़ रही है जो सामने खड़ी है जो अपोजिशन के रूप में इनको दिखाई दे रही है उनको लगता है कि आने वाला कल इनका होगा इसलिए इन सबको किसी न किसी तरीके से जेल में डाल दो केस की बात विस्तारपूर्वक कल भी असि दसिया अज भी दसिया गवर्नर साहब नूं मिल के आए अगली रणनीति तमाम लीडर साहबाना नाल गल करके बाजवा साहब CLP और साडे रंधावा साहब होरी ਹੋਰ ਵੀ ਜਿਹੜੇ ਤਮਾਮ ਲੀਡਰ ਆ ਉਹਨਾਂ ਨਾਲ ਰਾਏ ਕਰਕੇ ਅਗਲੀ ਰਣਨੀਤੀ ਦਾ ਤੈਅ ਕਰਾਂਗੇ ਫੈਸਲਾ ਕੋ ਅਸੀਂ ਡਾਇਰੈਕਟਲੀ ਅੱਜ ਸੁਖਪਾਲ ਸਿੰਘ ਖਹਿਰ ਨੂੰ ਨਾ ਮਿਲਣ ਦਾ ਸਿੱਧਾ ਦੋਸ਼ੀ ਭਗਵੰਤ ਮਾਨ ਨੂੰ ਗਿਆ ਇਹ ਡਾਇਰੈਕਸ਼ਨ ਸਿੱਧੀਆਂ ਉਹਦੀਆਂ ਨੇ ਸੀਨੀਅਰ ਮੋਸਟ ਅਫਸਰਾਂ ਨੇ ਮੈਨੂੰ ਦੱਸਿਆ ਕਿ ਭਗਵੰਤ ਮਾਨ ਨੇ ਸਾਨੂੰ ਕਿਹਾ ਅਲਾਉ ਨਹੀਂ ਕਰ ਅਸੀਂ ਸੀਰੀਅਸਲੀ ਇਸ ਨੂੰ ਇਸ ਗੱਲ ਨੂੰ ਕੰਡੈਮ ਕਰਦੇ ਹਾਂ ਹਿਊਮਨ ਰਾਈਟਸ ਵਾਇਲੇਸ਼ਨਸ ਪੰਜਾਬ ਪੁਲਿਸ ਦਾ ਇੱਕ ਟ੍ਰੇਡਮਾਰਕ ਬਣ ਚੁੱਕੇ ਸਾਨੂੰ ਪਹਿਲੇ ਵੀ ਆਸ ਇਹੀ ਸੀ ਕਿ ਇਹਨਾਂ ਨੇ ਇਹੀ ਕੰਮ ਕਰਨਾ ਤੇ ਆਪਣੀ ਆਸਾਂ ਤੇ ਉਮੀਦਾਂ ਤੇ ਪੰਜਾਬ ਪੁਲਿਸ ਪੂਰੀ ਉਤਰੀ ਬੜਾ ਅਨਫੋਰਚੁਨੇਟ ਇਹ ਮੈਂ ਸਮਝਣਾ ਜਿਹੜਾ ਟੂਲ ਬਣੀ ਹੋਈ ਪੁਲਿਸ ਸਪੈਸ਼ਲੀ DGP ਜਿਹੜਾ ਤੇ ਜਿਹੜਾ ਇਸ ਸਿੱਟ ਦਾ ਇੰਚਾਰਜ ਬਣਿਆ ਉਹੀ ਅੱਜ ਤੋਂ 8 ਸਾਲ ਪਹਿਲੇ ਇੱਥੇ SSP ਇਸ ਰੇਂਜ ਦੇ ਵਿੱਚ DIG ਹੈ ਨੇ IG ਹੈ ਨੇ ਉਹਨਾਂ ਨੂੰ ਕਿਸੇ ਨੂੰ ਸਿੱਟ ਦਾ ਇੰਚਾਰਜ ਨਹੀਂ ਬਣਾਇਆ
उस अफसर जिन्हें झूठे सुखपाल सिंह खेरा बाद दे विच आफ्टर थॉट नाल लेके आंदा उही बंदा अज इंचार्ज है। इन्हां तो असीं आस उम्मीद की कर सकते। पिछले दिन जो वकीलों नाल मुक्तसर च होया, पिछले दिन जो ढिल्लों ब्रदर्स नाल जलंधर च होया, जो हर रोज पंजाब दे हर शहर ते कूचे च हुंदा उही अज इन्हां ने कर विखाया। कल शहीद आजम भगत सिंह दे जद्दी पिंड खटकर कलां दे विच भगवंत मान गया सी, उथे उथों दे पिंड दे सरपंच नूं ते पंचायत नूं टाइम नहीं दिता मिलने। ये शहीद आजम भगत सिंह जी की सोच से चलने वाली पार्टी है। सो इन्हां नूं असीं स्ट्रोंगली कंडेम करने हैं। अज सारे साथी असीं वेटांगे विचारांगे इस लड़ाई नूं किस तरह अगे लैके जाणा, तोड़ तक लड़ांगे ते हर पंजाबी नूं इत्थों असीं अज सद्दा भी देने आओ, इकट्ठे होवो, तगड़े होवो, खड़े होवो इस हंकारी आ जिहड़ा महाराजा सतौज इहदे सामने सारिआं नूं खलोण दी लोड़ पैगी। ते प्रैस नूं मैं बेनती करूंगा तुसीं वी विशेष तौर जिहड़े इत्थे मेरे भरा पहुंचे हो, सानूं माण है तुहाडे ते, तुसीं इंडिपेंडेंट प्रैस है हो। देश दुनिया की तमाम खबरों नाल जुड़े रहने लिए सबसक्राइब करो यूट्यूब ते सच कहूं पंजाबी चैनल। इस दे नाल ही बैल आइकन दब के पाओ लेटेस्ट अपडेट सब तो पहला।